ਅਸਲਾਮ ਅਲੈਕਮ ਜੀ ਦੋਸਤੋ, ਵੈਲਕਮ ਹੋ ਗਿਆ ਸਾਖੀ ਭਾਈ ਦੇ ਨਾਲ। ਦੋਸਤੋ, ਮੈਨੂੰ ਇੱਕ ਹਨਾ ਸਬਸਕ੍ਰਾਈਬਰ ਭਾਈ ਦਾ ਮੈਸੇਜ ਆਇਆ ਜੀ, ਅਲੀ ਭਾਈ ਉਹਨਾਂ ਦਾ ਨਾਮ ਆ ਜਨਾਬ। ਉਹਨਾਂ ਨੇ ਕਿਹਾ ਸਾਖੀ ਭਾਈ ਐਸਾ ਜੋੜਾ ਦਿਖਾ ਕਿ ਜੇ ਇਸ ਜੋੜੇ ਨੂੰ ਤੂੰ ਕਹਿੰਦਾ ਹੋਵੇ ਕਿ ਬਸ ਹਨਾ ਇਸ ਤੋਂ ਬਾਅਦ ਝੱਸਾਂ ਤੇ ਝੱਸਾਂ ਹੀ ਆ, ਜੋੜੇ ਤਾਂ ਸਾਰੇ ਹੀ ਅੱਛੇ ਆ, ਲੇਕਿਨ ਕੋਈ ਐਸਾ ਜੋੜਾ ਦਿਖਾ ਪੁਰਾਣੀ ਨਸਲ ਦਾ ਹੋਵੇ ਅਤੇ ਜਿਹੜੇ ਕਬੂਤਰ ਅੱਜ ਤੋਂ ਕਾਫੀ ਦੇਰ ਪਹਿਲੇ ਦੇਸੀ ਕਬੂਤਰ ਜਿਹਨੂੰ ਕਿਹਾ ਗਿਆ ਸੀਗਾ, ਅਤੇ ਉਹਦੇ ਵਿੱਚ ਅੱਜ ਕੱਲ੍ਹ ਦੇ ਜਦੀਦ ਦੌਰ ਦੇ ਕੋਈ ਕਬੂਤਰ ਦਾ ਪਰ ਨਾ ਹੋਵੇ। ਸਰ, ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਜੀ, ਇਹ ਜਿਹੜਾ ਉਹ ਦੇਸੀ ਕਬੂਤਰ ਬਹੁਤ ਪੁਰਾਣੀ ਬਲੱਡ ਲੈਣ ਦਾ ਕਬੂਤਰ ਆ ਜੀ ਭਾਜੀ, ਔਰ ਬਹੁਤ ਹੀ ਪੁਰਾਣੀ ਬਲੱਡ ਲੈਣ ਦਾ ਕਬੂਤਰ ਆ, ਨਪੈਦ ਕਬੂਤਰ ਆ ਜੀ। ਇਹਨਾਂ ਕਬੂਤਰਾਂ ਨੂੰ ਜੌਂ ਸਿਰੇ ਫੁੱਲ ਸਿਰੇ ਕਬੂਤਰ ਵੀ ਕਿਹਾ ਜਾਂਦਾ ਸੀਗਾ, ਬਹੁਤ ਪਰਵਾਜ਼ਾਂ ਇਹਨਾਂ ਕਬੂਤਰਾਂ ਦੇ ਕੋਲ, ਸਬਜ਼ ਮੋਤੀਆਂ ਵਾਲੇ ਕਬੂਤਰ ਵੀ ਕਿਹਾ ਜਾਂਦਾ ਜਨਾਬ, ਸਬਜ਼ ਗਾਟਿਆਂ ਵਾਲੇ ਕਿਹਾ ਜਾਂਦਾ ਜਨਾਬ ਕਬੂਤਰ, ਔਰ ਬਹੁਤ ਹੀ ਅੰਟੀਕ ਔਰ ਆਲਾ ਬਰੀਡ ਔਰ ਆਲਾ ਮਿਆਰ ਦੇ ਮਾਲਕ। ਤੁਸੀਂ ਦੇਖੇ ਹੋ ਗਏ ਇਸ ਟਾਈਮ ਜਿਹੜੇ ਪੰਜਾਬ ਚੈਂਪੀਅਨ ਬਣੇ ਆ ਉਸਤਾਦ ਸਾਹਿਬ, ਉਹਨਾਂ ਕੋਲ ਸਾਰੇ ਕਬੂਤਰ ਤਕਰੀਬਨ ਫਿੱਕੇ ਜੌਂ ਸਿਰੇ ਜੇ ਆਮ ਜਿਹੇ ਕਬੂਤਰ ਆ ਜੀ। ਇਹੀ ਤੁਹਾਨੂੰ ਕਹਿੰਦਾ ਹੁੰਦਾ ਵਾ, ਚਾਰ ਚਾਰ ਦਿਨ ਲਗਾਤਾਰ, ਅੱਠ ਅੱਠ ਦਿਨ ਲਗਾਤਾਰ, ਸੱਤ ਸੱਤ ਦਿਨ ਲਗਾਤਾਰ ਜਿਹਨਾਂ ਕਬੂਤਰ ਨੇ ਮਾਰਾਂ ਖਾਣੀਆਂ ਕਬੂਤਰ ਇਹ ਆ। ਟੈਡੀ ਗੋਲਡਨ ਕਬੂਤਰ ਨੋ ਡਾਊਟ ਬਹੁਤ ਅੱਛੇ ਆ, ਲੇਕਿਨ ਉਹ ਕਬੂਤਰ ਸਾਰੇ ਵਨ ਡੇ ਉਡਾਉਣ ਵਾਲੇ ਆ, ਲੰਮੀਆਂ ਬਾਜ਼ੀਆਂ ਵਾਲੇ ਕਬੂਤਰ ਨਹੀਂ ਗੇ, ਠੀਕ ਆ ਭਾਜੀ। ਲੰਮੀਆਂ ਬਾਜ਼ੀਆਂ ਦਾ ਕਬੂਤਰ ਬੇਸਿਕਲੀ ਇਹ ਹੀ ਹੋ ਜਿਹਦਾ ਪੂਰਾ, ਹੁਣ ਮੈਂ ਤੁਹਾਨੂੰ ਕਲਰ ਦਾ ਹਾਥ ਆ ਪੂਰਾ, ਇਹ ਭਾਜੀ ਪੁਰਾਣੇ ਇਹ ਕਬੂਤਰ ਆ, ਗਾਂ ਇਹਨਾਂ ਦੇ ਫਿਰ ਬੱਚੇ ਪੱਠੀਆਂ ਪੱਠੇ ਦਸ ਪਾਰ ਸਾਫ਼। ਇਹ ਕਬੂਤਰ ਨੂੰ ਮੈਂ ਹੁਣ ਪਟਾਈ ਦੇਣ ਲੱਗਾ ਵਾਂ ਜੀ, ਕਬੂਤਰ ਦੇ ਪੱਲੇ ਬਹੁਤ ਖਰਾਬ ਆ, ਮੈਂ ਕਿਹਾ ਜ਼ਰਾ ਕਬੂਤਰ ਆਪਣੇ ਜੋਬਨ 'ਚ ਆਵੇ, ਆਪਣੀ ਖੂਬਸੂਰਤੀ 'ਚ ਆਵੇ, ਤਾਂ ਕਿ ਦੋਸਤ ਦੇਖਣ ਦੇ ਕੋਈ ਰੂਹ ਰਾਜ਼ੀ ਹੋਵੇ ਕਬੂਤਰ ਦੀ। ਮਾਦੀ ਮੇਰੇ ਕੋਲ ਬੜੀ ਦੇਰ ਦੀ ਪਈ ਸੀ ਔਰ ਕਬੂਤਰ ਅੱਲਾਹ ਤਾਲਾ ਨੇ ਮੈਨੂੰ ਨਵਾਜ਼ਤਾ ਜਨਾਬ, ਸੋਰੀ, ਅਤੇ ਮੈਨੂੰ ਪੂਰਾ ਯਕੀਨ ਆ ਕਿ ਇਹ ਜਿਹੜਾ ਕਬੂਤਰ ਆਉਣ ਵਾਲੇ ਦਿਨਾਂ ਦੇ ਵਿੱਚ ਮੇਰੇ ਭਰਾਵਾਂ ਨੂੰ ਐਸੀ ਪਰਫੋਰਮੈਂਸ ਦੇਗਾ, ਤੁਸੀਂ ਯਾਦ ਕਰੋ ਕਿ ਮੈਂ ਤੁਹਾਨੂੰ ਛੱਡ ਕੇ ਵੀ ਸ਼ੌਕ ਕਰਾਉਣਾ, ਫਿਰ ਤੁਹਾਨੂੰ ਮਾਜੀ ਦਾ ਵੀ ਸ਼ੌਕ ਕਰਾਉਣਾ ਜੀ। ਇਨਸ਼ਾਅੱਲਾ ਰੂਹ ਰਾਜ਼ੀ ਕਰਨ ਵਾਲਾ ਕਬੂਤਰ ਜਨਾਬ, ਰੂਹ ਨਹੀਂ ਰੂਹਾਂ ਰਾਜ਼ੀ ਕਰਨ ਵਾਲਾ ਕਬੂਤਰ ਜਨਾਬ, ਮੇਰਾ ਮੋਸਟ ਫੇਵਰੇਟ ਮੈਨੂੰ ਇਹ ਕਬੂਤਰ ਇੱਕ ਲੱਭ ਗਿਆ ਜਨਾਬ, ਕਿਸਮਤ ਦੀ ਗੱਲ। ਇਹ ਚੈੱਕ ਕਰੋ ਜੀ, ਇਹ ਦੇਖੋ ਤੁਸੀਂ, ਜਿਹੜੇ ਦੋਸਤ ਸ਼ਿਕਾਰੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਜਨਾਬ, ਸਬਜ਼ ਗਾਟਿਆਂ ਵਾਲੇ ਮੋਤੀਆਂ ਵਾਲੇ ਕਬੂਤਰ ਹੁੰਦੇ ਸੀ ਇਸ ਤਰ੍ਹਾਂ ਦੇ, ਠੀਕ ਹੈ ਜੀ। ਮੈਂ ਮਾਦੀ ਲਿਆਉਂਦਾ, ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਭੈਣ ਮਾਦੀ ਹੈ, ਉਸੇ ਤਰ੍ਹਾਂ ਦੀ ਬਿਲਕੁਲ ਸੇਮ ਜਨਾਬ ਫੁੱਲ ਸਿਰੀ, ਠੀਕ ਆ ਭਾਜੀ। ਇਹ ਜਿਹੜੀ ਪੱਠੀ ਆ ਜੀ, ਇਹ ਕਬੂਤਰੀ ਆ ਨਾ ਅੱਸੂ ਦੇ ਵਿੱਚ ਬੱਝੇ ਪਰਣਾ ਹਮੇਸ਼ਾ ਹੀ ਰਾਤ ਰਹੀ ਆ, ਭਾਵੇਂ ਇਹਦੇ ਚਾਰ ਪਰ ਬੰਨ ਕੇ ਸੀਤੇ, ਭਾਵੇਂ ਦੋ ਪਰ ਸੀ ਕਿਹੜਾ ਹੈ। ਇਹ ਜਿਹਨਾਂ ਕੋਲ ਮੈਂ ਲੈ ਕੇ ਆਉਂਦੀ ਸੀ ਕਿਉਂਕਿ ਮੇਰੀਆਂ ਅੱਖਾਂ ਦੇ ਸਾਹਮਣੇ ਵਾਲਾ ਕੰਮ ਸੀਗਾ, ਲੇਕਿਨ ਇਹਨਾਂ ਕਬੂਤਰਾਂ ਨੂੰ ਉਹ ਕਹਿੰਦੇ ਆ ਜੀ ਚੂਹੇ ਕਬੂਤਰ, ਇਹ ਲਓ ਜੀ ਭਾਈ ਜਾਨ। ਲੇਕਿਨ ਭਾਈ ਜਾਨ ਇਹ ਕਬੂਤਰ ਜਿਹੜੇ ਮੈਂ ਤਾਂ ਫੁੱਲ ਸਿਰੇ ਕਹੂੰਗਾ ਜਨਾਬ, ਸਾਖੀ ਭਾਈ ਵਾਲੇ ਫੁੱਲ ਸਿਰੇ, ਔਰ ਇਨਸ਼ਾਅੱਲਾ ਜ਼ਿੰਦਗੀ ਰਹੀ ਆਉਣ ਵਾਲੇ ਦਿਨਾਂ 'ਚ ਇੱਕ ਹੋਰ ਬਹੁਤ ਹੀ ਆਲਾ ਜੋੜਾ ਬਣਾ ਕੇ ਨਾ ਆਪਣੇ ਭਰਾਵਾਂ ਨੂੰ ਸ਼ੌਕ ਕਰਾਉਣਾ ਜਨਾਬ। ਇਹ ਕਬੂਤਰੀ ਕਰੀਜ਼ ਪਈ ਆ, ਆਂਡੇ ਵੀ ਲਾਏ, ਦੇਖੋ ਮੇਨਟੇਨੈਂਸ ਕਬੂਤਰੀ ਦੀ, ਬਹੁਤ ਆਲਾ ਪੱਕੀ ਬਲੱਡ ਦੀ ਮਾਲਕ ਆ ਮਾਸ਼ਾਅੱਲਾ ਮਾਦੀ, ਔਰ ਇਹਨਾਂ ਦੇ ਮਾਸ਼ਾਅੱਲਾ ਬੱਚਾ ਨਹੀਂ ਗਵਾਚਦਾ ਜੀ। ਇਹ ਚੈੱਕ ਕਰੋ ਜ਼ਰਾ, ਮੇਨਟੇਨਡ ਕਬੂਤਰੀ, ਕਬੂਤਰੀ ਦੇ ਪਰ ਨਵੇਂ ਆ ਜੀ, ਇਹ ਮੇਰੇ ਕੋਲ ਸਾਲ ਹੋ ਗਿਆ ਸਾਂਭੀ ਨੂੰ, ਠੀਕ ਆ ਜੀ। ਅਤੇ ਕੁਦਰਤ ਦਾ ਨਿਜ਼ਾਮ ਦੇਖ ਲਓ, ਇੱਕ ਸਾਲ ਬਾਅਦ ਜੋੜਾ ਮੁਕੰਮਲ ਹੋਇਆ ਜੀ, ਇੱਕ ਸਾਲ ਬਾਅਦ ਹੁਣ ਕਬੂਤਰ ਲੱਭਾ ਵਾ, ਅਤੇ ਹਜੇ ਮੈਂ ਲਾਇਆ ਨੀਗਾ ਜੀ, ਕਬੂਤਰੀ ਦੇ ਥੱਲੇ ਆਂਡੇ ਆ, ਮੈਂ ਕਿਹਾ ਲਾਵਾਂਗੇ ਜਦੋਂ ਮਤਲਬ ਕਿ ਸਿਸਟਮ ਉਹਦਾ ਬਣ ਗਿਆ। ਚੈੱਕ ਕਰੋ ਜ਼ਰਾ, ਇਹ ਦੇਖੋ ਭਾਈ ਜਾਨ, ਫੁੱਲ ਸਿਰਿਆਂ ਦਾ ਜੋੜਾ ਜੀ, ਮਾਸ਼ਾਅੱਲਾ। ਲੱਭਿਆ ਵੀ ਨਹੀਂ ਲੱਭਣਗੇ ਇੱਦਾਂ ਦੇ ਕਬੂਤਰ ਭਾਈ ਜਾਨ, ਮੇਰੇ ਅੱਲਾ ਨੇ ਚਾਹੇ ਇਹ ਐਸਾ ਜੋੜਾ ਹੋਏਗਾ ਸਾਖੀ ਭਾਈ ਦਾ, ਜਿਹੜਾ ਸਾਰੇ ਕਬੂਤਰਾਂ ਨੂੰ ਮਾਰ ਮਾਰੇਗਾ, ਜਿਹੜਾ ਇਹਦਾ ਦਸ ਪਰ ਸਾਹਿਬ ਬੱਚਾ ਕਰ ਗਿਆ ਹਰ ਬਾਜ਼ੀ 'ਚ ਉੜ ਗਿਆ, ਇਨਸ਼ਾਅੱਲਾ। ਇੰਨਾ ਕੁ ਮੇਰਾ ਤਜਰਬਾ ਅਲਹਮਦੁਲਿਲਾ ਇੱਦਾਂ ਹੀ ਹੈਗਾ ਅਲਹਮਦੁਲਿਲਾ। ਇਹ ਜੋੜਾ ਵੀ ਲੱਗੇਗਾ ਸਬਜ਼ ਮੋਤੀਆਂ ਵਾਲਾ, ਪੁਰਾਣੀ ਨਸਲ ਵੀ ਆਪਣੇ ਕੋਲ ਬਣ ਜਾਏਗੀ, ਬਲੱਡ ਲੈਣ ਵੀ ਬਣ ਜਾਏਗੀ, ਕਬੂਤਰ ਬੱਚੇ ਪਾਲਦਾ ਆ, ਤੁਸੀਂ ਦੇਖੋ ਨਾ। ਇਹ ਚੈੱਕ ਕਰੋ ਜੀ, ਮਾਦੀ ਵੀ ਦੇਖੋ ਤੁਸੀਂ ਮਾਸ਼ਾਅੱਲਾ, ਇਹ ਲਓ
ਦੇਖੋ ਤਾਂ ਮਾਝੀ ਦੀ ਖਲੋਣੀ ਪਤਾ ਲੱਗਦਾ ਨਾ ਕਬੂਤਰ ਆ ਜੋੜੇ, ਇਹ ਹੀ ਹੋ ਜੀ ਜੋੜੇ ਪਾਉਂਦੇ ਹੁੰਦੇ, ਇੱਦਾਂ ਜੋੜੇ ਪਾਉਂਦੇ ਭਰਾ ਜੀ। ਦੇਖੋ ਬਾਕੀ ਤੁਸੀਂ ਸਾਖੀ ਭਾਈ ਨੂੰ ਦੁਆਵਾਂ ਜੀ ਯਾਦ ਜ਼ਰੂਰ ਰੱਖਣਾ, ਇਨਸ਼ਾਅੱਲਾ ਇੱਦਾਂ ਦੀਆਂ ਅੱਛੀਆਂ ਬਲੱਡ ਲਾਈਨਾਂ ਕਿਤੇ ਆਮ ਹਰ ਬੰਦੇ ਕੋਲ ਥੋੜ੍ਹੀ ਪਈਆਂ। ਅੱਲਾ ਅਸਲਾਮ ਅਲੈਕਮ ਜੀ ਦੋਸਤੋ, ਵੈਲਕਮ ਹੋ ਗਿਆ ਜੀ। ਮੈਨੂੰ ਸਰ ਇੱਕ ਹੈ ਨਾ ਮੇਰੇ ਸਬਸਕ੍ਰਾਈਬਰ ਵੀਰ ਦਾ ਮੈਸੇਜ ਆਇਆ ਕਿ ਸਾਖੀ ਭਾਈ ਇੱਕ ਅੱਛਾ ਜਿਹਾ ਟੈਡੀ ਕਬੂਤਰ ਜਿਹੜਾ ਖੁਦ ਪਰਵਾਜ਼ ਦਿੰਦਾ ਰਿਹਾ ਹੋਵੇ ਉਹ ਕਬੂਤਰ ਦੇਣਾ ਮੈਨੂੰ ਜਿਹਦੀ ਪਰਫਾਰਮੈਂਸ ਹੈ। ਦੇਖੋ ਦੋਸਤੋ ਜੇਠ 'ਚ ਨਹੀਂ ਡਾਇਆ ਲੇਕਿਨ ਵਿਸਾਖ ਅਤੇ ਚੇਤਰ ਦੇ ਵਿੱਚ ਇਸ ਕਬੂਤਰ ਦੀ ਪਰਵਾਜ਼ 4-4 ਵਜੇ ਤੋਂ ਬਾਅਦ ਦੀ ਆ ਮਾਸ਼ਾਅੱਲਾ। ਹਾਂ ਅਲਬਤਾ ਜੇਠ ਦੇ ਵਿੱਚ ਸੰਭਾਲ ਹੋਵੇ ਤਾਂ ਕਬੂਤਰ ਕੋਲ ਜਿੰਨੀ ਮਰਜ਼ੀ, ਇਹ ਨਰ ਵਾ ਜੀ, ਠੀਕ ਆ ਜੀ। ਔਰ ਮੈਂ ਇਹਨੂੰ ਬੜੀ ਦੇਰ ਮਾਦੀ ਸਮਝ ਕੇ ਰੋਕੀ ਰੱਖਿਆ ਲੇਕਿਨ ਇਹ ਨਰ ਨਿਕਲਿਆ ਅਤੇ ਮੈਂ ਕਿਹਾ ਚੱਲ ਦੋਸਤ ਮੰਗਦੇ ਸੀਗੇ ਸਾਡੇ ਕੋਲ ਬਾਂਦੇ ਹੁੰਦੇ ਰਹਿੰਦੇ ਆ, ਚਲੋ ਦੋਸਤਾਂ ਨੂੰ ਜ਼ਰੂਰਤ ਹੁੰਦੀ ਉਹਨਾਂ ਨੂੰ ਸ਼ਾਇਦ ਦੇਣੀ ਚਾਹੀਦੀ ਆ। ਆਹ ਟੈਡੀ ਕਬੂਤਰ ਆ ਭਾਅ ਜੀ ਅਤੇ ਮੈਂ ਤੁਹਾਨੂੰ ਲੱਗਾ ਸ਼ੌਕ ਕਰਾਉਣ ਸਰ। ਇਹ ਆ ਲਓ ਜੀ ਟੈਡੀ ਕਬੂਤਰ ਦਾ ਸ਼ੌਕ ਕਰ ਲਓ, ਜਿਹੜੇ ਭਰਾ ਦੀ ਸਮਝ ਆਵੇ ਤਾਂ ਉਹਦੇ ਕੋਲ ਰੁਪਈਆ ਹੋਵੇ 3,000 ਅਤੇ ਮੇਰੇ ਕੋਲ ਨਾਲ ਰਾਬਤਾ ਕਰਕੇ ਲੈ ਲਿਆ। ਪਤਾ ਕਿਉਂ ਭਾਅ ਜੀ, ਇਹ ਯਰਕਾਨ ਅੱਖਾਂ ਦਾ ਲੋਕ ਦੇਖੋ ਬੱਚਾ ਦਿੰਦੇ 5-5, 7-7, 10-10 ਹਜ਼ਾਰ ਰੁਪਏ ਦਾ। ਇਹ ਸੰਘੀ ਭੱਟੀ ਸਾਹਿਬ ਵਾਲੇ ਟੈਡੀ ਆ ਜੀ, ਇਹ ਮੇਹਰਾਂ ਵਾਲੇ ਜਾਂ ਉਹ ਸੇਠਾਂ ਵਾਲੇ ਜਾਂ ਉਹ ਦੂਸਰੇ ਨਹੀਂ ਹੈਗੇ ਫੈਂਸੀ, ਕਾਲੀਆਂ ਲੋਕਾਂ ਦੇ ਵਿੱਚ ਕਬੂਤਰ ਆ ਜੀ। ਅਗਰ ਕਿਸੇ ਭਰਾ ਦੀ ਸਮਝ 'ਚ ਆਵੇ ਯਰਕਾਨ ਅੱਖਾਂ ਦਾ ਕਬੂਤਰ, ਨਰ ਕਬੂਤਰ ਆ, ਬਹੁਤ ਸ਼ਾਨਦਾਰ ਕਬੂਤਰ ਆ, ਖੁਦ ਉੜਿਆ ਵਾ। ਔਰ ਇਨਸ਼ਾਅੱਲਾ ਮੈਨੂੰ ਬੜੀ ਉਮੀਦ ਆ ਜਿੱਦਾਂ ਦੀ ਇਹਦੀ ਬਣਤਰ ਹੈ ਬੱਚੇ ਵੀ ਅੜਾਏਗਾ, ਕਿਉਂਕਿ ਮੈਂ ਜੋੜੇ ਨਹੀਂ ਲਾਏ। ਆਹ ਚੈੱਕ ਕਰੋ ਜੀ, ਹੁਣ ਆ ਕਬੂਤਰ ਆਪਣੀ ਮਾਂ ਦਾ ਇਹਨਾਂ ਦੱਸਣਾ ਤੁਸੀਂ ਹੈ ਛੱਡਣ ਵਾਲਾ। ਔਰ ਆ ਕਬੂਤਰਾਂ ਦੇ ਬੱਚੇ ਲੋਕ 5-5 ਹਜ਼ਾਰ ਦੇ ਦਿੰਦੇ। ਸਭ ਤੋਂ ਵੱਡੀ ਇਸ ਕਬੂਤਰ ਦੀ ਖੂਬੀ ਇੱਕ ਪਤਾ ਕੀ ਆ, ਇਹਦਾ 9ਵਾਂ ਪਰ ਇਹਦਾ ਬੱਚਾ ਨਹੀਂ ਗਵਾਚੂਗਾ ਕਦੇ ਵੀ, 10ਵਾਂ ਪਰ ਥੋੜ੍ਹਾ ਜਿਹਾ ਵੱਡਾ 9ਵਾਂ ਦਾ ਬਰਾਬਰ, ਯਾਨੀ ਕਿ 9ਵਾਂ 10ਵਾਂ ਪਰ ਬਿਲਕੁਲ ਬਰਾਬਰ ਆ, 8ਵਾਂ ਪਰ ਥੋੜ੍ਹਾ ਛੋਟਾ। 1ਵਾਂ ਚੈੱਕ ਕਰੋ ਕਬੂਤਰ ਦੇ ਪਰਾਂ ਦੀਆਂ, ਬਹੁਤ ਹੀ ਸ਼ਾਨਦਾਰ ਬਣਤਰ, ਏਡੀ ਕੁ ਆਲੀ ਸ਼ਾਨ ਬਣਤਰ, ਕੁ ਮਜ਼ਾ ਆ ਜਾਵੇ। ਇਹ ਸਰ ਕਬੂਤਰ ਆ ਮਾਸ਼ਾਅੱਲਾ। ਅਗਰ ਕਿਸੇ ਭਰਾ ਦੀ ਸਮਝ 'ਚ ਆਵੇ ਇਹ ਕਬੂਤਰ ਲੈਣਾ ਚਾਹੇ ਤਾਂ ਜਨਾਬ ਮੇਰੇ ਨਾਲ 0306-7085-028 'ਤੇ ਰਾਬਤਾ ਕਰ ਲਈ, ਇਹ ਕਬੂਤਰ ਛੱਡਿਓ ਨਾ। ਬਾਕੀ ਭਾਅ ਜੀ ਆਪਣੀ ਸਮਝ ਆ, ਮੈਂ ਤੁਹਾਨੂੰ ਛੱਡ ਕੇ ਵੀ ਸ਼ੌਕ ਕਰਾ ਦਿੰਦਾ ਵਾ ਤਾਂ ਕਿ ਕੋਈ ਗਲਤ ਫਹਿਮੀ ਨਾ ਰਹੇ। ਅਤੇ ਹੈਲੋ ਭਾਅ ਜੀ, ਮੈਂ ਤੁਹਾਨੂੰ ਛੱਡ ਕੇ ਸ਼ੌਕ ਕਰਾ ਰਿਹਾ, ਕਬੂਤਰ ਬਹੁਤ ਸ਼ਾਨਦਾਰ ਆ ਭਾਅ ਜੀ। ਇਹ ਜਿਹੜਾ ਇਹ ਦੇਖੋ ਨਰਵਾ, ਮੈਂ ਤੁਹਾਨੂੰ ਦੱਸਿਆ ਸ਼ਕਲ ਵੱਲੋਂ ਮਾਦੀ ਲੱਗਦੀ ਆ, ਕਿਉਂਕਿ ਇੱਦਾਂ ਦੇ ਕਬੂਤਰਾਂ ਨੂੰ ਸਿਰਫ ਉੜਨ ਦਾ ਸ਼ੌਕ ਹੁੰਦਾ, ਇਹਨਾਂ ਕਬੂਤਰਾਂ ਨੂੰ ਹੋਰ ਸ਼ੌਕ ਕੋਈ ਨਹੀਂ ਹੁੰਦਾ, ਮਾਦੀਆਂ ਦੇ ਮਗਰ ਮਸਤੀਆਂ ਕਰਨ ਦਾ ਸ਼ੌਕ ਨਹੀਂ ਹੁੰਦਾ। ਇਹ ਕਬੂਤਰ ਭਾਅ ਜੀ ਦੇਖ ਲਓ, ਜੇ ਸਮਝ ਆਇਆ ਤਾਂ ਰਾਬਤਾ ਕਰਿਓ ਜਨਾਬ, ਠੀਕ ਹੈ ਜੀ। ਦੇਖੋ ਜੀ ਕਬੂਤਰ ਹੁਣ ਸ਼ੌਕ ਕਰ ਲਿਓ, ਪ੍ਰੈਡਿਕਸ਼ਨ ਅੰਦਾਜ਼ਾ ਕਿਹਨੂੰ ਕਹਿੰਦੇ ਜੀ, ਉਹ ਵੀ ਮੈਂ ਅੰਦਾਜ਼ੇ ਨਾਲ ਜੋੜਾ ਲਾਇਆ ਸੀ, ਮੈਨੂੰ ਪਤਾ ਉਹਦਾ ਬੱਚਾ ਉੱਡਣਾ ਵਾ। ਹੁਣ ਮੈਂ ਦੁਬਾਰਾ ਸਰ ਮੈਂ ਮਿਆਰ ਬਣਾ ਰਿਹਾ ਜਿਹੜੇ ਬੱਚੇ ਹੀ ਉੱਡਦੇ, ਕਿਉਂਕਿ ਮੇਰੇ ਜ਼ਿਆਦਾਤਰ ਬੱਚੇ ਜਿਹੜੇ 10 ਪਰ ਸਾਫ ਕਰਕੇ ਕਬੂਤਰ ਉੱਡਦੇ ਹੁੰਦੇ ਸੀਗੇ। ਇਹ ਸਰ ਕਬੂਤਰ ਪਿਛਲੇ ਜੇਠ ਦੇ ਵਿੱਚ ਸਰ ਜਿਹੜਾ ਜੇਠ ਲੰਘਿਆ ਵਾ, ਇਹ ਕਬੂਤਰ ਸ਼ਾਮ ਨੂੰ ਰਾਤ ਰਹਿ ਕੇ ਬੈਠਾ ਸੀ ਮੋਹਰਾਂ ਦੇ ਵਿੱਚ ਕਬੂਤਰ, ਇਹ ਉਹ ਕਬੂਤਰ ਆ ਜੀ। ਅਤੇ ਮੇਰੇ ਕੋਲ ਸਾਲ ਪੂਰਾ ਕਬੂਤਰ ਵਿਹਲਾ ਰਿਹਾ, ਸਿਰਫ ਕਿਉਂ ਵਿਹਲਾ ਰਿਹਾ, ਇਹਦੇ ਮੈਨੂੰ ਮਾਦੀ ਨਹੀਂ ਸੀ ਮਿਆਰ ਦੀ ਲੱਭਦੀ, ਠੀਕ ਆ ਭਾਅ ਜਾਨ। ਇਹ ਚੈੱਕ ਕਰੋ ਸਰ, ਇਹ ਕਬੂਤਰ ਜੀ ਸਹੀ ਹੈ ਭਾਅ ਜੀ। ਹੁਣ ਜੇਠ ਚੜ੍ਹੇ ਆ ਨਾ 45-46 ਟੈਂਪਰੇਚਰ ਵਾਲਾ, ਇਹ 45-46 ਟੈਂਪਰੇਚਰ 'ਚ ਜਿਹੜਾ ਘਰ ਦਾ ਬੱਚਾ 12-11 ਵਜਾਈ ਗਿਆ ਉਹ ਸਰ ਸਮਝੋ ਵੀ ਪਾਸ ਕਬੂਤਰ। ਇਹ ਦੇਖੋ ਕਬੂਤਰ ਦੇ ਪੱਲੇ, ਇਹ ਦੇਖੋ ਨਾ ਜਿਹੜੀ ਹੁਣ ਮਾਦੀ ਤੁਸੀਂ ਦੇਖੀ ਬਿਲਕੁਲ ਸੇਮ ਤੁਹਾਨੂੰ ਪਾਰ ਉਸ ਕਬੂਤਰ 'ਚ ਨਜ਼ਰ ਆਉਣਗੇ ਜਨਾਬ। ਇਹ ਕਬੂਤਰ ਮਾਸ਼ਾਅੱਲਾ ਸ਼ੌਕ ਕਰੋ, ਠੀਕ ਹੈ। ਦੇਖੋ ਪਰ ਮੈਂ ਯਕੀਨ ਕਰੋ ਛੱਡਦਾ ਨਾ ਤਾਂ ਪਰਾਂ ਦੇ ਥੱਲੇ ਪਰ ਵੜਦੇ ਆ, ਦੇਖੋ ਇਹ ਪਰਾਂ ਦੀ ਚੜ੍ਹਾਈ ਉੱਤੇ ਜਾਂਦੇ ਹੀ ਉਹ ਪਰ ਆਹ ਥੱਲੇ ਅੰਦਰ ਵੜਦੇ ਆਪ ਹੀ। ਆਹ ਚੈੱਕ ਕਰੋ, ਇਹ ਲਓ, ਇਹ ਦੇਖੋ ਮੈਂ ਨਹੀਂ ਕੁਛ ਵੀ ਕਰ ਰਿਹਾ, ਮੈਂ ਸਿਰਫ ਕਬੂਤਰ ਦੇ ਪੱਲੇ ਖੋ ਰਿਹਾ। ਇਹ ਦੇਖੋ ਇਹ ਕਬੂਤਰਬਾਜ਼ੀ ਆ, ਇਹ ਕਬੂਤਰ ਆ ਜਿਹੜੇ ਕਬੂਤਰਾਂ ਨੂੰ ਸਮਝਣ ਵਾਲੀ ਗੱਲ ਹੁੰਦੀ ਹੈ। ਬਾਕੀ ਭਰਾ ਜੀ ਆਪਣੀ ਆਪਣੀ ਸਮਝ ਆ ਹਰ ਬੰਦੇ ਦੀ ਜੀ। ਇਹ ਦੇਖੋ ਮਾਸ਼ਾਅੱਲਾ, ਅੱਲਾ ਨਜ਼ਰੇ ਬਾਤ ਤੋਂ ਬਜਾਏ ਜੀ, ਸਕਰੀਨ ਸ਼ੋਟ ਲੈਣ ਵਾਲੇ ਕਬੂਤਰਾਂ ਦੇ ਪਰ। ਇਹ ਚੈੱਕ ਕਰੋ, ਇਹ ਕਬੂਤਰ ਕਿਉਂ ਉੜਿਆ ਜੇਠ ਦੇ ਵਿੱਚ ਜਨਾਬ, ਰਾਤ ਰਹਿ ਕੇ ਕਿਉਂ ਉੱਡ ਗਿਆ? ਬਸ ਇਹਦੇ ਪਿੱਛੇ ਵੀ ਇੱਕ ਰੀਜ਼ਨ ਆ ਡਿੱਗਣ ਦੀ, ਨਹੀਂ ਤਾਂ ਰਾਤ ਨੂੰ ਵੀ ਘਰ ਜਾਣ ਵਾਲਾ ਕਬੂਤਰ ਸੀ। ਇਹ ਦੇਖੋ ਦੋ, ਠੀਕ ਹੈ ਜੀ, ਇਹ ਦੇਖ ਲਓ।
ਔਰ ਇਹ ਪੰਜੇ ਸਰ ਔਰ ਮੇਰੇ ਕੋਲ ਤੁਹਾਨੂੰ ਦੱਸਿਆ ਅਗਲੇ ਦਿਨ ਕੁਛ ਮਹਿਮਾਨ ਆਏ ਸੀਗੇ ਉਹਨਾਂ ਨੇ ਸਭ ਤੋਂ ਜ਼ਿਆਦਾ ਮੇਰੇ ਖੁੱਡੇ 'ਚੋਂ ਇਸੇ ਜੋੜੇ ਨੂੰ ਪਸੰਦ ਕੀਤਾ ਉਹਨਾਂ ਕਹਾ ਸਾਕੀ ਭਾਈ ਤੇਰੇ ਪੂਰੇ ਖੁੱਡੇ 'ਚ ਇਹਦੇ ਨਾਲ ਦਾ ਜੋੜਾ ਹੈ ਨਹੀਂ ਠੀਕ ਆ ਜੀ ਇਹ ਉਹਨਾਂ ਦਾ ਤਜਰਬਾ ਸੀਗਾ ਮੈਂ ਕਹਿੰਦਾ ਮੇਰੇ ਕੋਲ ਇਹ ਤੋਂ ਵੀ ਵੱਧ ਪਏ ਲੇਕਿਨ ਉਹਨਾਂ ਨੂੰ ਇਹ ਸਭ ਤੋਂ ਜ਼ਿਆਦਾ ਪਸੰਦ ਹੈ ਮੈਂ ਤੁਹਾਨੂੰ ਮਾਦੀ ਦਾ ਸ਼ੌਕ